ਮੈਂ ਜੀ ਪਾਵਰ ਲਿਫਟਿੰਗ 'ਚ ਸਭ ਤੋਂ ਪਹਿਲਾਂ ਥਾਈਲੈਂਡ 'ਚ ਖੇਡਿਆ ਸੀਗਾ ਜੀ ਮੈਚੋਰ ਓਲੰਪੀਆ, ਉਹਦੇ 'ਚ ਮੈਂ 3 ਗੋਲਡ ਮੈਡਲ ਜਿੱਤੇ। ਫਿਰ ਉਸ ਤੋਂ ਬਾਅਦ ਆਪਾਂ ਕਤਰ ਗਏ, ਉਹ 'ਚ ਉੱਥੇ 2 ਗੋਲਡ ਮੈਡਲ। ਫਿਰ ਆਪਾਂ ਰਸ਼ੀਆ 'ਚ ਹੋਇਆ ਸੀਗਾ ਇੱਕ ਮਿਸਟਰ ਵਰਲਡ, ਉੱਥੇ 1 ਸਿਲਵਰ ਅਤੇ 1 ਬ੍ਰੌਂਜ ਮੈਡਲ ਜਿੱਤਿਆ ਜੀ। ਆਪਾਂ ਅੱਜ ਵੀ ਪੰਜਾਬ ਦੇ ਕਿਸੇ ਆਲੇ ਦੁਆਲੇ ਪਿੰਡਾਂ ਦੀ ਗੱਲ ਕਰੀਏ ਤਾਂ ਇੰਨੇ ਕੁ ਤਕੜੇ ਤਕੜੇ ਖਿਲਾੜੀ ਆਪਾਂ ਪੈਦਾ ਕਰ ਸਕਦੇ ਹਾਂ। ਉੱਥੋਂ ਮੁੰਡੇ ਬਹੁਤ ਯੰਗ ਹੈਗੇ ਆ, ਬਹੁਤ ਉੱਚੇ ਉੱਚੇ ਕੱਦਾਂ ਵਾਲੇ ਪਿੰਡਾਂ 'ਚ ਬਹੁਤ ਤਕੜੇ ਤਕੜੇ ਮੁੰਡੇ ਹੈਗੇ ਆ, ਉਹ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਰਹਿ ਜਾਂਦੇ ਆ। ਕਾਫੀ ਅਪਰੋਚ ਵੀ ਕਰ ਚੁੱਕੇ ਹਾਂ, ਕੋਈ ਸਾਥ ਨਹੀਂ ਦਿੰਦਾ, ਜੋ ਵੀ ਹੈਗਾ ਖਰਚਾ ਪਾਣੀ ਆਪਣੀ ਪੋਕਟ 'ਚ ਚੱਲਦਾ ਜੀ ਸਾਰਾ। ਮੈਚੋਰ ਓਲੰਪੀਆ ਖੇਡਣਾ ਚਾਹੁੰਦਾ ਜੀ, ਇੱਕ ਵਾਰੀ ਆਪਾਂ ਖੇਡ ਚੁੱਕੇ ਹਾਂ ਆਲਰੇਡੀ, ਉਹ ਬਟ ਥਾਈਲੈਂਡ 'ਚ ਸੀਗਾ ਮੈਚੋਰ ਓਲੰਪੀਆ ਵਰਲਡ ਹੋਇਆ ਸੀਗਾ। ਹੁਣ ਆਪਾਂ ਚਾਹੁੰਦੇ ਹਾਂ ਅਮੈਰੀਕਾ ਜਾਂ ਕੈਨੇਡਾ ਵਰਗੀ ਕੰਟਰੀ 'ਚ ਜਾ ਕੇ ਉੱਥੇ ਖੇਡੀਏ ਜੀ, ਸਭ ਤੋਂ ਵੱਡਾ ਕੰਪੀਟੀਸ਼ਨ ਜਿਹੜਾ ਹੁੰਦਾ। ਪੰਜਾਬ ਜਿਸ ਨੂੰ ਗੱਭਰੂ ਜਵਾਨਾਂ ਦੀ ਧਰਤੀ ਕਿਹਾ ਜਾਂਦਾ ਹੈ, ਇਸ ਪੰਜਾਬ ਨੇ ਕਈ ਅਜਿਹੇ ਖਿਡਾਰੀ ਦੇਸ਼ ਨੂੰ ਦਿੱਤੇ ਨੇ ਜਿਸ ਨੇ ਅੱਗੇ ਚੱਲ ਕੇ ਵਿਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਅੱਜ ਅਸੀਂ ਤੁਹਾਨੂੰ ਪਠਾਨਕੋਟ ਦੇ ਇੱਕ ਅਜਿਹੇ ਨੌਜਵਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਪਾਵਰ ਲਿਫਟਿੰਗ ਦੇ ਵਿੱਚ ਨਾ ਸਿਰਫ ਪੰਜਾਬ ਬਲਕਿ ਭਾਰਤ ਦਾ ਨਾਂ ਵੀ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ ਹੈ। ਮੇਰੇ ਨਾਲ ਇਸ ਵਕਤ ਸਨੀ ਜੀ ਮੌਜੂਦ ਨੇ। ਸਨੀ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ, ਤੁਸੀਂ ਆਏ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ। ਪਾਵਰ ਲਿਫਟਿੰਗ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ, ਥੋੜ੍ਹਾ ਇਸ ਬਾਰੇ ਦੱਸ ਦਿਓ। ਹਾਂਜੀ, ਮੈਨੂੰ ਸਾਲ ਕੁ ਕਰੀਬ ਹੋ ਗਿਆ ਮੈਂ ਪਾਵਰ ਲਿਫਟਿੰਗ ਗੇਮ 'ਚ ਹਾਂ ਜੀ। ਉਸ ਤੋਂ ਪਹਿਲਾਂ ਮੈਂ ਬੋਡੀ ਬਿਲਡਿੰਗ ਕਰਦਾ ਸੀਗਾ, ਮੈਂ 7-8 ਸਾਲ ਬੋਡੀ ਬਿਲਡਿੰਗ ਕੀਤੀ ਹੈ। ਵਿੱਚ ਥੋੜ੍ਹੀ ਜਿਹੀ ਐਕਸੀਡੈਂਟ ਦੀ ਵਜ੍ਹਾ ਨਾਲ ਸ਼ੋਲਡਰ ਇੰਜਰੀ ਆ ਗਈ, ਫਿਰ ਉਹਦੇ ਬਾਅਦ ਮੈਂ ਪਾਵਰ ਲਿਫਟਿੰਗ 'ਚ ਮੂਵ ਕਰ ਲਿਆ ਆਪਣੇ ਆਪ ਨੂੰ। ਅਤੇ ਹੁਣ ਤੱਕ, ਕਿਉਂਕਿ ਅਸੀਂ ਕਾਫੀ ਸੁਣਿਆ ਤੁਹਾਡੇ ਬਾਰੇ ਕਿ ਕਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਭਾਰਤ ਦਾ ਨਾਂ ਰੋਸ਼ਨ ਕੀਤਾ, ਕਿਹੜੇ ਮੁਲਕਾਂ ਦੇ ਵਿੱਚ ਹੁਣ ਤੱਕ ਜਾ ਕੇ ਤੁਸੀਂ ਪਾਵਰ ਲਿਫਟਿੰਗ ਦੇ ਮੁਕਾਬਲੇ ਖੇਡੇ ਨੇ ਅਤੇ ਕੀ ਹਾਸਲ ਕੀਤਾ ਹੁਣ ਤੱਕ? ਹਾਂਜੀ, ਮੈਂ ਜੀ ਪਾਵਰ ਲਿਫਟਿੰਗ 'ਚ ਸਭ ਤੋਂ ਪਹਿਲਾਂ ਥਾਈਲੈਂਡ 'ਚ ਖੇਡਿਆ ਸੀਗਾ ਜੀ ਮੈਚੋਰ ਓਲੰਪੀਆ, ਉਹਦੇ 'ਚ ਮੈਂ 3 ਗੋਲਡ ਮੈਡਲ ਜਿੱਤੇ। ਫਿਰ ਉਸ ਤੋਂ ਬਾਅਦ ਆਪਾਂ ਕਤਰ ਗਏ, ਉਹ 'ਚ ਉੱਥੇ 2 ਗੋਲਡ ਮੈਡਲ। ਫਿਰ ਆਪਾਂ ਰਸ਼ੀਆ 'ਚ ਹੋਇਆ ਸੀਗਾ ਇੱਕ ਮਿਸਟਰ ਵਰਲਡ, ਉੱਥੇ 1 ਸਿਲਵਰ ਅਤੇ 1 ਬ੍ਰੌਂਜ ਮੈਡਲ ਜਿੱਤਿਆ ਜੀ। ਅਤੇ ਜਦ ਵਿਦੇਸ਼ਾਂ ਦੇ ਵਿੱਚ ਤੁਸੀਂ ਜਾਂਦੇ ਹੋ ਮੁਕਾਬਲੇ ਵਿੱਚ, ਕੀ ਭਾਰਤ ਸਰਕਾਰ ਵੱਲੋਂ ਕੁਛ ਅਜਿਹਾ ਤੁਹਾਨੂੰ ਸਪੋਰਟ ਕੀਤੀ ਜਾਂਦੀ ਹੈ ਜਾਂ ਤੁਹਾਡੇ ਆਉਣ ਜਾਣ ਦਾ ਖਰਚਾ ਉਹ ਕੌਣ ਕਰਦਾ ਸਾਰਾ, ਇਸ ਬਾਰੇ ਵੀ? ਨਹੀਂ, ਹਜੇ ਤੱਕ ਤਾਂ ਇੱਦਾਂ ਦਾ ਕੁਛ ਵੀ ਨਹੀਂ ਹੈ ਜੀ। ਆਪਾਂ ਕਾਫੀ ਅਪਰੋਚ ਵੀ ਕਰ ਚੁੱਕੇ ਹਾਂ, ਮਤਲਬ ਕੋਈ ਸਾਥ ਨਹੀਂ ਦਿੰਦਾ, ਜੋ ਵੀ ਹੈਗਾ ਖਰਚਾ ਪਾਣੀ ਆਪਣੀ ਪੋਕਟ 'ਚ ਚੱਲਦਾ ਜੀ ਸਾਰਾ। ਹਾਂਜੀ, ਦੇਖਦੇ ਕਿ ਐਥਲੀਟ ਬਣਨ ਦੇ ਲਈ ਕਾਫੀ ਮਿਹਨਤ ਦੀ ਲੋੜ ਹੁੰਦੀ ਆ, ਖੁਰਾਕ ਕਾਫੀ ਅਹਿਮ ਹੁੰਦੀ ਆ, ਪਾਵਰ ਲਿਫਟਰ ਨੂੰ ਕਿੰਨੀ ਖੁਰਾਕ ਲੈਣ ਦੀ ਲੋੜ ਹੁੰਦੀ ਆ ਪੂਰੇ ਦਿਨ ਦੇ ਵਿੱਚ, ਕੀ ਦਿਨ ਚਰਿਆ ਰਹਿੰਦੀ ਆ, ਕਿਵੇਂ ਉਹ ਆਪਣਾ ਸਮਾਂ ਬਤੀਤ ਕਰਦਾ ਅਤੇ ਕਿਹੜੀ ਕਿਹੜੀ ਖੁਰਾਕਾਂ ਲੈਂਦਾ ਜੀ? ਮੇਨ ਤਾਂ ਖੁਰਾਕ ਹੀ ਹੈ ਜੀ, ਜਦੋਂ ਸਵੇਰੇ ਜਾਗ ਖੁੱਲ੍ਹਦੀ ਆ ਬਸ ਇਹੀ ਦਿਮਾਗ 'ਚ ਰਹਿੰਦਾ, 1 ਵਜੇ ਆਹ ਮੀਲ ਲੈਣੀ, 1 ਵਜੇ ਆਹ ਮੀਲ ਲੈਣੀ, ਇੰਨੀ ਕੁਆਂਟਿਟੀ 'ਚ ਲੈਣੀ, ਹੈ ਨਾ।
ਬਸ ਇੱਦਾਂ ਹੀ ਹੈ ਜੀ, ਡੇਲੀ ਦੀਆਂ ਕੋਈ 6-7 ਮੀਲਜ਼ ਆਪਾਂ ਲੈ ਕੇ ਚੱਲਦੇ ਹਾਂ ਜੀ। ਅਸੀਂ ਕੁਛ ਚੀਜ਼ਾਂ ਹੋਰ ਵੀ ਤੁਹਾਨੂੰ ਕੋਈ ਜਾਣਨਾ ਚਾਹਾਂਗੇ ਕਿ ਛੋਟਾ ਸ਼ਹਿਰ ਹੈਗਾ, ਕਈ ਖਿਡਾਰੀ ਇੱਥੋਂ ਦੇ ਨਿਕਲ ਹੀ ਨਹੀਂ ਪਾਉਂਦੇ ਵੱਡੇ ਮੁਕਾਬਲਿਆਂ ਦੇ ਲਈ, ਅਗਰ ਜੇਕਰ ਕਿਸੇ ਨੌਜਵਾਨ ਨੇ ਪਾਵਰ ਲਿਫਟਿੰਗ ਦੇ ਵਿੱਚ ਕਦਮ ਰੱਖਣਾ, ਕਿਹੜੀਆਂ ਗੱਲਾਂ ਦਾ ਉਹਨੂੰ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ? ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਆਪਣਾ ਮਾਇੰਡ ਪ੍ਰਿਪੇਅਰ ਕਰਨਾ ਪੈਣਾ ਜੀ ਕਿ ਹਾਂ ਮੈਂ ਇਹੀ ਗੇਮ ਕਰਨੀ ਹੈ, ਪਾਵਰ ਲਿਫਟਿੰਗ ਹੀ। ਕੋਈ ਵੀ ਗੇਮ ਕਰੋ, ਮੈਂ ਤਾਂ ਕਹਿੰਦਾ ਕਿ ਮਤਲਬ ਯੂਥ ਜਿਹੜਾ ਹੈਗਾ ਕਿਸੇ ਵੀ ਸਪੋਰਟਸ ਨਾਲ ਜੁੜ ਜਾਵੇ, ਕੋਈ ਵੀ ਗੇਮ ਲੈ ਲਓ, ਉਹਨੂੰ ਫੋਕਸ ਕਰੋ। ਹੁਣ ਆਪਣੇ ਕਈ ਇੱਥੇ ਹੈਗੇ ਨੌਨ 'ਚ ਮਤਲਬ ਇੱਕ ਦੋ ਗੇਮਾਂ ਇਕੱਠੀਆਂ ਖੇਡਦੇ ਆ, ਉਹ ਫਿਰ ਸਕਸੈਸ ਕਿਸੇ 'ਚ ਵੀ ਨਹੀਂ ਹੋ ਪਾਉਂਦੇ। ਮੇਰਾ ਮੰਨਣਾ ਇਹ ਹੈ ਕਿ ਤੁਸੀਂ ਇੱਕ ਗੇਮ ਨੂੰ ਫੋਕਸ ਕਰੋ ਪ੍ਰੋਪਰ, ਮਤਲਬ ਉਹਦੀ ਪ੍ਰੈਕਟਿਸ ਕਰੋ ਡੇਲੀ। ਹਾਂਜੀ, ਪਰਿਵਾਰ ਦਾ ਕਿਵੇਂ ਦਾ ਸਹਿਯੋਗ ਰਹਿੰਦਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਪੋਕਿਟ ਦੇ ਵਿੱਚ ਹੋਈ ਇਹ ਸਾਰੀਆਂ ਚੀਜ਼ਾਂ ਤੁਸੀਂ ਮੈਨੇਜ ਕਰਦੇ ਹੋ, ਵਿਦੇਸ਼ਾਂ ਦੇ ਵਿੱਚ ਜਾਣਾ, ਪਰਿਵਾਰ ਦਾ ਕੁਛ ਰਹਿੰਦਾ ਹੈ ਵੀ ਬਈ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਹੁਣ ਤੂੰ, ਹੈ ਨਾ, ਕਿਉਂਕਿ ਖਰਚਾ ਪੋਕਿਟ ਦੇ ਵਿੱਚ ਬੜੀ ਆਸ ਉਮੀਦ ਹੁੰਦੀ ਹੈ? ਹਾਂਜੀ ਬਿਲਕੁਲ ਜੀ, ਘਰ ਦੇ ਆਲਮੋਸਟ ਰੋਜ਼ ਹੀ ਡਾਂਟ ਪੈ ਜਾਂਦੀ ਇਹਨਾਂ ਗੱਲਾਂ ਨੂੰ ਲੈ ਕੇ ਕਿ ਇੰਨਾ ਆਪਾਂ ਇਨਵੈਸਟ ਕਰਦੇ ਹਾਂ, ਇਹਦਾ ਬੈਕਅਪ ਕੀ ਹੈ? ਬੈਕਅਪ ਕੁਛ ਵੀ ਨਹੀਂ, ਇਹ ਬਸ ਆਪਾਂ ਮਤਲਬ ਲੱਗੇ ਹੋਏ ਹਾਂ ਪੁਰਾਣੇ ਆਪਣੇ ਫਿਟਨੈਸ ਨੂੰ ਲੈ ਕੇ ਜਾਗਰੂਕ ਹਾਂ ਕਿ ਚਲੋ ਸਰੀਰ ਫਿੱਟ ਰੱਖਣਾ ਕਿਸੇ ਵੀ ਤਰੀਕੇ ਨਾਲ। ਉਹ ਹੁਣ ਆਪਾਂ ਉਹ ਪੁਰਾਣੀ ਮਿਹਨਤ ਕੀਤੀ ਹੋਈ ਹੈ ਜੀ, ਉਹਦਾ ਸਾਨੂੰ ਫਲ ਮਿਲ ਰਿਹਾ ਹੁਣ, ਮਿਹਨਤ ਕਰਕੇ ਆਪਾਂ ਕੰਪੀਟੀਸ਼ਨ ਖੇਡਣ ਜਾਂਦੇ ਹਾਂ ਵਿਦੇਸ਼ਾਂ 'ਚ ਜੀ। ਕੁਝ ਸਮਾਂ ਸੀ ਪੰਜਾਬ ਨੂੰ ਗੱਭਰੂ ਜਵਾਨ ਇਹਨਾਂ ਦੀ ਧਰਤੀ ਕਿਹਾ ਜਾਂਦਾ ਸੀ, ਕਈ ਖਿਡਾਰੀ ਇਸ ਇਲਾਕੇ ਦੇ ਵਿੱਚੋਂ ਨਿਕਲਦੇ ਸੀ, ਕੀ ਲੱਗਦਾ ਕਿਉਂ ਨੌਜਵਾਨ ਹੁਣ ਇਹ ਖੇਡਾਂ ਤੋਂ ਦੂਰੀ ਬਣਾ ਰਹੇ ਆ, ਕਿ ਸਰਕਾਰਾਂ ਸਾਥ ਨਹੀਂ ਦਿੰਦੀਆਂ? ਹਾਂਜੀ ਇਹ ਮੁੱਦਾ ਸਭ ਤੋਂ ਪਹਿਲਾਂ ਜੀ, ਕਿਉਂਕਿ ਜੇ ਆਪਾਂ ਅੱਜ ਵੀ ਪੰਜਾਬ ਦੇ ਕਿਸੇ ਆਲੇ ਦੁਆਲੇ ਪਿੰਡਾਂ ਦੀ ਗੱਲ ਕਰੀਏ ਤਾਂ ਇੰਨੇ ਕੁ ਤਗੜੇ ਤਗੜੇ ਖਿਡਾਰੀ ਆਪਾਂ ਪੈਦਾ ਕਰ ਸਕਦੇ ਹਾਂ ਉੱਥੋਂ। ਮੁੰਡੇ ਬਹੁਤ ਯੰਗ ਹੈਗੇ ਆ, ਬਹੁਤ ਉੱਚੇ ਉੱਚੇ ਕੱਦਾਂ ਵਾਲੇ ਪਿੰਡਾਂ 'ਚ ਬਹੁਤ ਤਗੜੇ ਤਗੜੇ ਮੁੰਡੇ ਹੈਗੇ ਆ, ਉਹ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਰਹਿ ਜਾਂਦੇ ਆ, ਆ ਜਾ ਕੇ ਆਪਣਾ ਸਟੇਟ ਖੇਲਣਗੇ, ਡਿਸਟ੍ਰਿਕਟ ਖੇਲਣਗੇ, ਇਸ ਤੋਂ ਉੱਪਰ ਵਾਸਤੇ ਫਿਰ ਫਾਈਨੈਂਸ਼ਲੀ ਪ੍ਰੋਬਲਮ ਆ ਜਾਂਦੀ ਆ, ਘਰੋਂ ਇੰਨੀ ਸਪੋਰਟ ਮਿਲਦੀ ਨਹੀਂ, ਸਰਕਾਰ ਲੜ ਨਹੀਂ ਫੜਦੀ ਕਿਸੇ ਦਾ, ਉਹਦੇ ਚੱਕਰ 'ਚ ਫਿਰ ਵਿਚਾਰੇ ਰਹਿ ਜਾਂਦੇ ਆਪਣੇ ਉਸੇ ਉਨੇ ਕੁ ਸਰਕਲ 'ਚ ਨਾ, ਫਿਰ ਉਹ ਅੱਗੇ ਗਰੋ ਨਹੀਂ ਕਰ ਪਾਉਂਦੇ। ਵਰਜਿਸ਼ ਕਿੰਨੇ ਪੂਰੇ ਦਿਨ 'ਚ ਕਿੰਨੀ ਵਰਜਿਸ਼ ਕਰਦੇ? ਵਰਜਿਸ਼ ਜੀ ਹੁਣ ਤਾਂ ਘਟਾਤੀ, ਪਹਿਲੇ ਜਦੋਂ ਬੋਡੀ ਬਿਲਡਿੰਗ ਕਰਦੇ ਸੀਗੇ ਉਦੋਂ ਸਵੇਰੇ ਵੀ 2-2.5 ਘੰਟੇ ਲਗਾਈਦੇ ਸੀਗੇ, ਫਿਰ ਰਾਤ ਵੀ 2-2.5 ਘੰਟੇ ਦਾ ਵਰਕਆਊਟ ਹੁੰਦਾ ਸੀਗਾ, ਹੁਣ ਆਪਣਾ ਕੋਈ 2-2.5 ਘੰਟੇ ਦਾ ਵਰਕਆਊਟ ਹੈਗਾ ਸਿਰਫ ਸ਼ਾਮ ਦਾ ਹੀ ਜੀ। ਹਾਂਜੀ ਭਾਜੀ, ਦੇਖਦੇ ਹਾਂ ਜਦੋਂ ਤੁਹਾਡੀ ਕਈ ਵਾਰ ਵੀਡੀਓਜ਼ ਵੀ ਦੇਖਦੇ ਹੋ, ਉਹਦੇ ਵਿੱਚ ਤਿਰੰਗਾ ਜਦੋਂ ਤੁਸੀਂ ਰੱਖਿਆ ਹੁੰਦਾ ਆਪਣੇ ਨਾਲ, ਤਿਰੰਗਾ ਰੱਖਦੇ ਹੋ ਜਦੋਂ, ਤੁਹਾਨੂੰ ਮੈਡਲ ਪਹਿਨਾ ਰਹੇ ਹੋ, ਮਾਣ ਵੱਧਦਾ ਦੇਸ਼ ਦਾ, ਫਿਰ ਵੀ ਇੱਕ ਗਿਲਾ ਰਹਿੰਦਾ ਹੈ ਵੀ ਸਰਕਾਰਾਂ ਨਹੀਂ ਸੁਣਦੀਆਂ, ਉਹ ਕਮੀ ਜ਼ਰੂਰ ਰਹਿੰਦੀ ਹੈ, ਕੁਝ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ, ਕੋਈ ਅਪੀਲ ਕਰਨਾ ਚਾਹੁੰਦੇ ਹੋ? ਇਹ ਤਾਂ ਸਰਕਾਰ ਨੂੰ ਆਪ ਹੀ ਦੇਖਣਾ ਚਾਹੀਦਾ ਜੀ, ਸਰਕਾਰ ਨੂੰ ਆਪ ਹੀ ਦੇਖਣਾ ਚਾਹੀਦਾ ਕਿ ਚਲੋ ਮੈਂ ਆਪਣੀ ਗੱਲ ਨਹੀਂ ਕਰਦਾ ਕਿ ਮੈਨੂੰ ਇਹ ਦਿਓ ਮੈਨੂੰ ਉਹ ਦਿਓ, ਬਹੁਤ ਸਾਰੇ ਐਥਲੀਟ ਹੈ, ਤੁਸੀਂ ਜਿਹੜੇ ਨਹੀਂ ਕਰ ਸਕਦੇ ਘੱਟੋ ਘੱਟ ਉਹਨਾਂ ਨੂੰ ਤਾਂ ਸਹਿਯੋਗ ਕਰੋ ਨਾ, ਉਹ ਗਾਂ ਫਿਰ ਅੱਗੇ ਜਾਣਗੇ ਹੋਰ ਵਧੀਆ ਪਰਫੋਰਮ ਦੇ ਕੇ ਮੈਡਲ ਲਿਆਉਣਗੇ ਆਪਣੇ ਇੰਡੀਆ ਵਾਸਤੇ। ਆਪਾਂ ਨੂੰ ਜਦੋਂ ਮੈਡਲ ਦਿੰਦੇ ਆ ਉਹ ਅਚੀਵਮੈਂਟ ਦਾ ਤਾਂ ਬੜੀ ਖੁਸ਼ੀ ਫੀਲ ਹੁੰਦੀ, ਬੜਾ ਫਖਰ ਫੀਲ ਹੁੰਦਾ ਆਪਣੇ ਪਰਿਵਾਰ 'ਤੇ, ਆਪਣੀ ਸੁਸਾਇਟੀ 'ਤੇ, ਕਿ ਜਿੰਦੀਆਂ ਦੁਆਵਾਂ ਨਾਲ ਬਦੌਲਤ ਆਪਾਂ ਐਡੇ ਵੱਡੇ ਲੈਵਲ ਤੱਕ ਪੁੱਜੇ ਹਾਂ। ਹਾਂਜੀ ਸੰਨੀ ਦਾ ਗੋਲ ਕੀ ਹੈ ਹੁਣ? ਸੰਨੀ ਜੀ ਮੈਚਰ ਓਲੰਪੀਆ ਖੇਡਣਾ ਚਾਹੁੰਦਾ ਜੀ,
ਇੱਕ ਵਾਰੀ ਆਪਾਂ ਖੇਡ ਚੁੱਕੇ ਹਾਂ ਆਲਰੇਡੀ, ਉਹ ਬਟ ਥਾਈਲੈਂਡ 'ਚ ਸੀਗਾ ਮੈਚ, ਓਲੰਪੀਆ ਵਰਲਡ ਹੋਇਆ ਸੀਗਾ। ਹੁਣ ਆਪਾਂ ਚਾਹੁੰਦੇ ਹਾਂ ਅਮੈਰੀਕਾ ਜਾਂ ਕੈਨੇਡਾ ਵਰਗੀ ਕੰਟਰੀ 'ਚ ਜਾ ਕੇ ਉੱਥੇ ਖੇਡੀਏ ਜੀ, ਸਭ ਤੋਂ ਵੱਡਾ ਕੰਪੀਟੀਸ਼ਨ ਜਿਹੜਾ ਹੁੰਦਾ ਜੀ ਮੈਚ ਓਲੰਪੀਆ। ਇਸ ਸਨ ਸਾਡੇ ਨਾਲ ਸਨੀ ਜਤਰਤ ਜੀ, ਜਿਨ੍ਹਾਂ ਨੇ ਕਈ ਮੁਲਕਾਂ ਦੇ ਵਿੱਚ ਜਾ ਕੇ ਪਾਵਰ ਲਿਫਟਿੰਗ ਦੇ ਜ਼ਰੀਏ ਸਾਡੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਗਿਲਾ ਹੈਗਾ ਸਰਕਾਰਾਂ 'ਤੇ, ਕਿਉਂਕਿ ਉਹਨਾਂ ਕਿਹਾ ਕਿ ਸਰਕਾਰਾਂ ਜੇਕਰ ਬਾਂਹ ਫੜਨ ਤਾਂ ਕਈ ਵੱਡੇ ਖਿਡਾਰੀ ਇਸ ਸੂਬੇ ਦੇ ਵਿੱਚੋਂ ਨਿਕਲ ਕੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।